ਮੈਂ ਉੱਥੇ ਜਾਣਾ ਹੈ। ਦਿਲ ਯਾਦ ਨਹੀਂ ਬਣਾ ਤਾਰੀਫ ਲਈ ਜ਼ੁਬਾਨ ਅੱਖੀਆਂ ਬਣਾਈਆਂ ਸੋਹਣੇ ਦੇ ਦੀਦਾਰ ਬਣਾਈਆਂ ਸੋਹਣੇ ਦੇ ਦੀਦਾਰ ਦਿਲ ਯਾਦ ਲਈ ਬਣਾਇਆ ਏ ਤਾਰੀਫ ਲਈ ਜ਼ੁਬਾਨ ਅੱਖੀਆਂ ਬਣਾਈਆਂ ਸੋਹਣੇ ਦੇ ਦੀਦਾਰ ਬਾਬਿਆਂ ਦੀ ਨਜ਼ਰ ਤੱਕ ਬਾਬਿਆਂ ਖਲਾਏ ਬੈਠੇ ਮੇਰੇ ਬਾਬੇ ਮੇਰੇ ਬਾਬੇ ਮੇਰੇ ਦਾਦਾ ਮੁਰਸ਼ਿਦ ਰੂਮੀ ਅਸ ਅਜ਼ਾਦੀ ਦਾਨਾ ਨਵਾਜ਼ੇ ਮਿਲਦੇ ਤਕੀਮ ਅਬਦੁਲ ਹਈਰਾਮ ਦੁਖੀ ਪੁੱਤਰ ਹੋਣੇ ਦੇ ਬਾਬੇ ਵੀ ਇਹਨਾਂ ਦੇ ਬਾਬੇ ਵੀ ਮੇਰੇ ਅਰਗੇ ਦੇ ਜਿਹਨਾਂ ਨੂੰ ਮੁਰੀਦਾਂ ਦੀ ਭੁੱਖ ਪੈ ਗਈ ਅਲਾ ਪੀਰਾਂ ਨੂੰ ਕਦੀ ਮੁਰੀਦਾਂ ਦੀ ਭੁੱਖ ਨਹੀਂ ਸੀ ਉਹਨਾਂ ਨੂੰ ਭੁੱਖ ਰੱਬ ਅਤੇ ਰੱਬ ਦੇ ਰਸੂਲ ਦੀ ਲੋਕਾਂ ਨੂੰ ਉਹਨਾਂ ਦੀ ਭੁੱਖ ਨਹੀਂ ਸੀ ਲੋਕਾਂ ਨੂੰ ਹੁਣ ਪੀਰਾਂ ਨੂੰ ਮੁਰੀਦਾਂ ਦੀ ਭੁੱਖ ਮੁਰੀਦ ਵੀ ਫਿਰ ਅਮੀਰ ਮੁਰੀਦ ਗਰੀਬ ਵਿਚਾਰਾ ਮੁਰੀਦ ਕਰ ਦਿੰਦੀ ਬਹਾਲ ਚੱਲਦਾ ਬਹੁਤੀ ਕੌੜੀ ਕਰਕੇ ਮੇਰੇ ਕੋਲ ਇੱਥੇ ਆਉਣਾ ਵੀ ਤੇ ਆ ਗਿਆ ਸੀ ਮੈਂ ਪੀਰ ਹੀ ਆਉਣਾ ਰੋਕ ਚੜੰਦਰ ਲੇਕਿਨ ਅੱਛੇ ਆਦਮੀ ਰਸਤਾ ਸਾਰਾ ਦਿਨ ਲੋਕ ਅੱਲਾ ਦਾ ਵਲੀ ਸੀ ਹਾਲ ਮਸਤ ਸਨ ਉਸੇ ਜ਼ਾਤਲ ਤਵੱਜੋ ਉਸੇ ਜ਼ਾਤਲ ਧਿਆਨ ਗਿਆ ਨਾ ਗਰਜ ਕਿਸੀ ਸੇ ਨਵਾਜ਼ਤਾ ਮੁਝੇ ਕਾਮ ਆਪਣੇ ਹੀ ਕਾਮ ਸੇ ਤੇਰੇ ਜ਼ਿਕਰ ਸੇ ਤੇਰੀ ਫਿਕਰ ਸੇ ਤੇਰੇ ਨਾਮ ਸੇ ਤੇਰੀ ਯਾਦ ਸੇ ਸ਼ੇਰ ਸੁਣ ਕੇ ਅੰਦਾਜ਼ਾ ਲਗਾਓ ਕੀ ਬਾਬਾ ਇਤਨਾ ਮੁਸ਼ਾਹਦਾ ਤੁਹਾਨੂੰ ਕਰ ਪਤਾ ਕਿਆ ਲਿਖਦੇ ਹੈ ਫਰਮਾਤੇ ਹਨ ਗਾਹ ਮੱਟੀ ਪੇ ਉਗਾ ਦਿੰਦਾ ਹੈ ਘਾਸ ਹਰੀ ਹੀ ਇਹ ਤਾਂ ਮਿੱਟੀ ਹੈ ਉਹਦੇ ਦੇਖਾ ਉਗਾ ਉੱਠ ਕੇ ਥੱਲੇ ਟੱਪ ਮਾਰੋ ਤੇ ਥੱਲੇ ਕਬੂਤਰ ਘਾਹ ਤੇ ਨਹੀਂ ਦਬਿਆ ਜਾ ਕਿਸੇ ਇੱਕ ਤੀਲਾ ਉੱਤੇ ਆਉਣ ਲਈ ਕੁਝ ਵੀ ਥੱਲੇ ਮਿਲ ਗਈ ਜੜ ਵੀ ਫਲ ਛੱਡ ਫਰਮਾਤੇ ਗਾਹ ਮੱਟੀ ਪੇ ਉਗਾ ਦਿੱਤਾ ਹੈ ਗਾਹ ਸਰੀ ਸੀ ਪਾਣੀ ਸੇ ਬਣਾ ਦਿੱਤਾ ਹੈ ਤਸਵੀਰ ਬਣੀ ਸੀ ਪਾਣੀ ਨਾਲ ਕੀ ਬਣਾਇਆ ਫਿਰ ਮੀਆਂ ਸਾਹਿਬ ਵੀ ਬੋਲਿਆ ਫਰਮਾਤੇ ਕਤਰਾ ਆਪ ਮਨੀ ਦੇ ਵਿੱਚੋਂ ਕੈਸੀ ਸ਼ਕਲ ਬਣਾਉਂਦਾ ਰਹਿਣ ਕੇ ਕਿਸੇ ਫੈਕਟਰੀ 'ਚ ਬਣੇ ਕਿੱਥੇ ਮਾਂ ਦੇ ਪੇਟ 'ਚ ਪਾਣੀ ਦੇ ਕਤਰੇ ਤੋਂ ਇਬਤਦਾ ਕੀਤੀ ਅੱਡਾ ਬੰਦਾ ਖਲਾ ਚ ਕਤਰੇ ਆਪ ਮਨੀ ਦੇ ਵਿੱਚੋਂ ਕੈਸੀ ਸ਼ਕਲ ਬਣਦਾ ਪੱਥਰ ਤੇ ਕਰ ਨਜ਼ਰ ਕਰਮ ਦੀ ਚੰਦ ਸੂਰਜ ਚਮਕਾਉਂਦਾ ਸੂਰਜ ਵੀ ਪੱਥਰ ਚੰਨ ਵੀ ਇੱਕ ਗਰਮ ਕਰ ਛੜਿਆ ਇੱਕ ਠੰਡਾ ਕਰ ਛੜਿਆ ਗਰਮ ਕਰ ਛੜਿਆ ਇੱਕ ਉਹ ਹਜ਼ਰਤ ਕੇ ਪਾਸ ਸਾਰਾ ਦਿਨ ਲੋਕ ਜਾਂਦੇ ਹਜ਼ਰਤ ਕਰਨਾ ਕੋਈ ਬੜਾ ਅਮੀਰ ਆਦਮੀ ਆ ਗਿਆ ਕੜੀ ਛੜੀ ਹੋਰ ਸ਼ੋਰ ਜੁੱਤੀ ਛੁੱਤੀ ਬਹਿਣ ਇਹ ਬਾਤ ਹੈ 1980 ਉਹ ਉਹਦਾ ਇਹ ਵਾਲਾ ਦਮ ਟੁੱਟਿਆ ਸੀ ਇੱਕ ਵਾਰੀ ਆਇਆ ਟੁਰ ਗਿਆ ਦੂਜੀ ਵਾਰੀ ਆਇਆ ਤੀਜੀ ਵਾਰੀ ਆਇਆ ਫਿਰ ਚੌਥੀ ਤੀਜੀ ਬੰਦਾ ਅੱਛੀ ਨੀਅਤ ਲੈ ਕੇ ਆਤਾ ਹੈ ਕਰਮ ਹੋ ਜਾਂਦਾ ਹੈ ਹੁਣ ਅਸੀਂ ਅੱਜ ਕੱਲ੍ਹ ਜਾਂਦੇ ਹਾਂ ਟੈਸਟ ਕਰਨ ਲਈ ਤੂੰ ਆਪਣੇ ਆਪ ਨੂੰ ਟੈਸਟ ਕਰ ਤੂੰ ਟੈਸਟ ਕਰਨ ਦਾ ਉਹ ਚੌਥੀ ਵਾਰ ਜੇ ਬਾਤ 'ਚ ਜਾਣ ਲੱਗਾ ਨਾ ਹਜ਼ਰਤ ਨੇ ਹੱਥ ਪਕੜ ਲਿਆ ਔਰ ਬੜੀ ਮੁਹੱਬਤ ਸੇ ਕਹਿਣ ਲੱਗੇ ਭਾਈ ਜੀ ਅਤੇ ਤੁਹਾਡੇ ਕੱਪੜੇ ਤੁਹਾਡੀ ਘੜੀ ਤੁਹਾਡਾ ਕੋਟ ਤੁਹਾਡੇ ਪਰਫਿਊਮ ਦੀ ਖੁਸ਼ਬੋ ਦੱਸਦੀ ਕਿ ਉਹਨਾਂ ਨੇ ਵਾਹ ਵੀ ਪੈਸੇ ਦਿੱਤੇ ਅਤੇ ਦੰਦ ਕਿਉਂ ਨਹੀਂ ਗਵਾਉਂਦੇ ਹੈ ਬੋੜੇ ਕਿੱਡੇ ਗੋਝੇ ਗੋਝੇ ਲੱਗਣ ਲਈ ਕਿਉਂਕਿ ਦਿਲ ਸੇ ਬਾਤ ਨਿਕਲੀ ਤੀ ਦਿਲ ਨਹੀਂ ਗਈ ਅਰਜ਼ ਕਰਤਾ ਹੈ ਜਿਹੜਾ ਮੈਂ ਹੁਣ ਉਸ ਦਿਨ ਹੀ ਆਵਾਂਗਾ ਜਿਸ ਦਿਨ ਦੰਦ ਲਵਾ ਲਵਾਂਗਾ ਹਫ਼ਤਾ ਡੇਢ ਲੱਗਾ ਦੰਦ ਲਵਾਇਆ ਦੰਦ ਲਵਾ ਕੇ ਸਿੱਧਾ ਹਜ਼ਰਤ ਕੋਲ ਆ ਕੇ ਮੂੰਹ ਖੋਲ੍ਹ ਕੇ ਦੰਦ ਖਾ ਕੇ ਅਰਜ਼ ਕਰਦਾ ਹਜ਼ਰਤ ਜੀ ਤੁਹਾਨੂੰ ਦੰਦ ਸਹੀ ਲੱਗਦੇ ਆ ਆਪਣੇ ਫਰਮਾਇਆ ਦੰਦ ਸਹੀ ਵੀ ਲੱਗਦੇ ਆ ਦੰਦ ਲੱਗਣ ਨਾਲ ਤੂੰ ਵੀ ਸਹੀ ਸਹੀ ਲੱਗਣ ਲੱਗ ਪਏ ਬਸ ਹਜ਼ਰਤ ਕਹਿਤਰੀ ਬਾਤ ਕਰਨਾ ਤਾਂ ਸ਼ੁਰੂ ਹੋ ਗਈ ਹਜ਼ਰਤ ਤੁਹਾਨੂੰ ਕੀ ਦੱਸਾਂ ਜਿਹੜੇ ਡਾਕਟਰ ਨੇ ਦੰਦ ਲਾਇਆ ਉਹ ਕਿੱਡਾ ਸੋਹਣਾ ਉਹਦੇ ਨੈਣ ਨਕਸ਼ ਬੜੇ ਸੋਹਣੇ ਉਹਦੀ ਟੋਈ ਬੜੀ ਸੋਹਣੀ ਉਹਦੀ ਪੈਂਟ ਬੜੀ ਸੋਹਣੀ ਉਹਦਾ ਕੋਟ ਬੜਾ ਸੋਹਣਾ ਉਹਦਾ ਕਲੀਨਿਕ ਬੜਾ ਸੋਹਣਾ